ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਰੇ ਵੀਰ ਖੜੇ ਆ ਸਾਡੇ ਕੋਲ ਸੰਗਤਾਂ, ਜਿਹੜੇ ਵੀਰ ਲੈ ਕੇ ਆਏ ਨੇ ਬਜ਼ੁਰਗ ਨੂੰ। ਤੇ ਇਹ ਵੀਰ ਆ, ਤੁਹਾਡਾ ਕੀ ਨਾਮ ਵੀਰ ਜੀ? ਦੀਪਕ ਕੁਮਾਰ। ਦੀਪਕ ਕੁਮਾਰ ਜੀ ਆਇਓ ਅੱਗੇ ਵੀਰ ਜੀ। ਵਿੱਕੀ ਜੀ, ਇਹ ਵਿੱਕੀ ਵੀਰ ਆ ਜੀ, ਗੁਰੂ ਮਹਾਰਾਜ ਨੇ ਕਿਰਪਾ ਕਰੀ ਆ ਜੀ ਇਹਨਾਂ ਤੇ। ਇਹ ਖੁਦ ਵਿਕਲਾਂਗ ਵਿਚਾਰੇ, ਪਰ ਇਹਨਾਂ ਨੇ ਬੜੀ ਸੇਵਾ ਕਰੀ ਆ ਵੱਡੀ। ਇਹਨਾਂ ਨੇ ਮੈਨੂੰ ਇੱਕ ਹਫ਼ਤੇ ਤੋਂ ਘੱਟੋ ਘੱਟ ਸਾਡੇ ਨਾਲ ਇਹ ਗੱਲ ਕਰ ਰਹੇ ਆ। ਬਾਬਾ ਜੀ ਨੇ ਫੋਟੋਆਂ ਵੀ ਭੇਜੀਆਂ ਸੀ ਇਹਨਾਂ ਨੇ, ਤੇ ਬਾਬਾ ਜੀ ਨੂੰ ਲੈ ਕੇ ਆਉਣਾ ਕਹਿੰਦੇ ਸੀਗੇ ਵੀ ਬਾਬਾ ਜੀ ਦੇ ਬਹੁਤ ਮਾੜੀ ਹਾਲਤ ਆ, ਕੀੜੇ ਪਏ ਹੋਏ ਆ ਪੈਰ ਦੇ ਵਿੱਚ। ਆ ਵੀਰ ਜੀ ਤੁਹਾਡਾ ਕੀ ਨਾਂ ਜੀ? ਆ ਜਾਓ ਅੱਗੇ ਆ ਜਾਓ ਮਾੜਾ। ਕੀ ਨਾਮ ਵੀਰੇ? ਭੂਸ਼ਣ। ਭੂਸ਼ਣ ਆ ਜੀ, ਇਹਨਾਂ ਦਾ ਨਾਮ ਭੂਸ਼ਣ ਕੁਮਾਰ। ਵੀਰੇ ਤਿੰਨੇ ਵੀਰ ਲੈ ਕੇ ਆਏ ਨੇ ਬਾਬਾ ਜੀ ਨੂੰ ਪਟਿਆਲੇ ਤੋਂ ਸਾਡੇ ਕੋਲੇ। ਬਾਬਾ ਜੀ ਪਟਿਆਲੇ ਬੱਸ ਸਟੈਂਡ ਦੇ ਬਾਹਰ ਪਏ ਸੀ, ਕਹਿੰਦੇ ਸਾਲ ਡੇਢ ਸਾਲ ਤੋਂ ਇਹ ਹਾਲਾਤ ਸੀ ਬਾਬਾ ਜੀ ਦੇ। ਬਾਬਾ ਜੀ ਦਾ ਤੁਸੀਂ ਪੈਰ ਦੇਖ ਸਕਦੇ ਹੋ, ਪੈਰ ਦੇ ਵਿੱਚ ਕੀੜੇ ਪਏ ਹੋਏ ਆ ਜੀ, ਬਹੁਤ ਜ਼ਿਆਦਾ ਹੱਡੀਆਂ ਪੈਰ ਦੀਆਂ, ਉਂਗਲ ਦੀਆਂ ਇੱਦਾਂ ਗਲੀਆਂ ਪਈਆਂ ਵਾ ਬਿਲਕੁਲ ਹੀ, ਅਤੇ ਅਲੱਗ ਹੋਈਆਂ ਪਈਆਂ ਹੱਡੀਆਂ। ਅਤੇ ਬਾਬਾ ਜੀ ਬਹੁਤ ਹੀ ਜ਼ਿਆਦਾ ਮਾੜੀ ਹਾਲਤ 'ਚ ਆ ਵਿਚਾਰੇ, ਅਤੇ ਇਹ ਦੱਸਦੇ ਆ। ਬਾਬਾ ਜੀ ਕੀ ਨਾਂ ਤੁਹਾਡਾ? ਨਾਮ ਕੀ ਆ ਜੀ? ਰਘੁਨਾਥ। ਰਘੁਨਾਥ ਕਹਾਂ ਸੇ ਹੋ ਬਾਬਾ? ਬਾਬਾ ਜੀ ਪੈਰ ਪੈਰ ਕਹਾਂ ਸੇ ਹੋ? ਮੱਧ ਪ੍ਰਦੇਸ਼ ਆ। ਮੱਧ ਪ੍ਰਦੇਸ਼ ਸੇ ਹੋ ਜੀ? ਆਪ ਕਿਤਨੇ ਬੱਚੇ ਹੈ? ਔਰ ਤਿੰਨ ਲੜਕੀਆਂ ਹੈ। ਔਰ ਵੋ ਕਹਾਂ ਪੇ ਹੈ? ਹੈ ਕਹਾਂ ਪੇ ਹੈ ਵੋ? ਸਭ ਆਪਣੀ ਆਪਣੀ ਜਗ੍ਹਾ ਤੇ ਹੈ। ਸ਼ਾਦੀ ਹੋ ਗਿਆ ਉਨਕਾ? ਹਾਂ। ਤੋ ਆਪਕੋ ਨਹੀਂ ਸੰਭਾਲਤੇ ਵੋ? ਹਮਨੇ ਪਿਛਲੇ ਜਨਮ ਮੇ ਉਨਕਾ ਕੁਛ ਖਾਇਆ ਥਾ, ਇਸ ਜਨਮ ਮੇ ਚੁਕਾਇਆ, ਇਸ ਜਨਮ ਮੇ ਖਾਏਗਾ, ਕੌਣ ਸੇ ਜਨਮ ਮੇ ਚੁਕਾਏਗਾ। ਅਰੇ ਕਿਆ ਬਾਤ ਹੈ ਬਾਬਾ ਜੀ, ਹਮਨੇ ਗਲਤ ਤੇ ਨਹੀਂ ਕਿਹਾ ਮਹਾਰਾਜ? ਨਹੀਂ 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 ਕੋਈ ਗਲਤ ਨਹੀਂ ਕਿਹਾ ਬਾਬਾ ਜੀ, ਬਿਲਕੁਲ ਸਹੀ। ਤੁਹਾਡੇ ਵਰਗੀ ਗੱਲ ਜਿਹੜੀ ਸਹੀ ਆ ਉਹ ਤਾਂ ਅੱਜ ਕੱਲ੍ਹ ਦੇ ਜੀ ਗੁਣੀ ਗਿਆਨੀ ਬੰਦੇ ਵੀ ਨਹੀਂ ਕਰਦੇ ਜਿੰਨੀ ਤੁਸੀਂ ਗੱਲ ਸਹੀ ਕਹੀ ਆ। ਬਹੁਤ ਸਹੀ ਗੱਲ ਆ ਬਾਬਾ ਜੀ, ਇਹ ਬਹੁਤ ਅੱਛੀ ਬਾਤ ਕੀ ਆਪਣੇ। ਇਹਦਾ ਮਹਾਰਾਜ ਪਿਛਲੇ ਜਨਮ ਦਾ ਖਾਇਆ ਤਾਂ, ਇਸ ਜਨਮ ਮੈਂ ਚੁਕਾਇਆ, ਇਸ ਜਨਮ ਮੈਂ ਖਾਏਗਾ, ਕੌਣ ਸਾ ਜਨਮ ਮੈਂ ਚੁਕਾਏਗਾ। ਦੇਖ ਲਓ ਜੀ ਬਾਬਾ ਜੀ ਲੜੀਓ ਕਾ ਹਾਲ ਨਹੀਂ ਰੱਖਣਾ, ਹਾਲਾਤ ਹੋਣ ਦੇ ਬਾਵਜੂਦ ਵੀ ਬਾਬਾ ਜੀ ਕਿੱਡੀ ਵੱਡੀ ਗੱਲ ਕਰ ਰਹੇ ਆ। ਲੜਕੀਓ ਕਾ ਗੁਰੂ ਮਹਾਰਾਜ ਲੜਕੀਆਂ ਸਾਜੀ ਲਾਗ ਹੁਆ ਉਨਕਾ ਸਾਜੀ ਕਰ ਲਿਆ ਆਪਣੇ ਆਪਣੇ ਸੰਸਾਰ ਮੇਂ ਅੱਛਾ। ਤਿੰਨ ਲੜਕੀਆਂ ਸੀ ਬਾਬਾ ਜੀ ਦੇ, ਬਾਬਾ ਜੀ ਦੱਸਦੇ ਤਿੰਨਾਂ ਲੜਕੀਆਂ ਦੀ ਸ਼ਾਦੀ ਕਰਤੀ ਆ, ਉਹ ਆਪੋ ਆਪਣੇ ਘਰੇ ਆ ਜੀ, ਤੇ ਬਾਬਾ ਜੀ ਨੂੰ ਹੁਣ ਸੰਭਾਲਣ ਵਾਲਾ ਇਸ ਟਾਈਮ ਦੁਨੀਆਂ ਤੇ ਕੋਈ ਨਹੀਂ ਹੈਗਾ ਜੀ। ਬਾਬਾ ਦੇ ਬਾਬਾ ਜੀ ਦੱਸਦੇ ਆ ਵੀ ਭੈਣ ਭਰਾ ਜਾਂ ਕੋਈ ਵੀ ਹੋਰ ਰਿਸ਼ਤੇਦਾਰ ਨਹੀਂ ਹੈਗਾ। ਇਹ ਪਟਿਆਲੇ ਜੀ 5 ਸਾਲਾਂ ਤੋਂ ਬਾਬਾ ਜੀ ਰਹਿ ਰਹੇ ਆ ਜੀ, 8 ਸਾਲ ਹੋ ਗਏ ਕਹਿੰਦੇ ਪੰਜਾਬ 'ਚ ਆਏ ਨੂੰ। ਪਹਿਲਾਂ ਇਹ ਇੱਥੇ ਕੰਮ ਕਰਦੇ ਸੀਗੇ ਜੀ, ਕੱਪੜੇ ਦੀ ਕੋਈ ਫੈਕਟਰੀ ਸੀਗੀ ਉੱਥੇ, ਅਤੇ ਉਸ ਤੋਂ ਬਾਅਦ ਇਹਨਾਂ ਦਾ ਸਰੀਰ ਨੇ ਸਾਥ ਨਹੀਂ ਦਿੱਤਾ, ਕਮਜ਼ੋਰ ਹੋ ਗਏ ਬਜ਼ੁਰਗ ਹੋਣ ਦੇ ਕਾਰਨ, ਤਾਂ ਇਹਨਾਂ ਦੇ ਸੱਟ ਲੱਗ ਗਈ ਪੈਰ ਦੇ ਉੱਤੇ, ਅਤੇ ਇਹ ਝੁੱਗੀ ਦੇ ਵਿੱਚ ਰਹਿੰਦੇ ਸੀ ਬਾਬਾ ਜੀ, ਅਤੇ ਬੜੀ ਮਾੜੀ ਹਾਲਤ ਦੇ ਵਿੱਚ। ਵਿੱਕੀ ਜੀ ਫੋਟੋਆਂ ਕੱਢੋ ਝੁੱਗੀ ਵਾਲੀ, ਬਾਬਾ ਜੀ ਦੀਆਂ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਬਈ ਬਜ਼ੁਰਗਾਂ ਨੇ ਫੋਟੋਆਂ ਖਿੱਚੀਆਂ ਹੋਈਆਂ ਵਾ। ਆ ਤੁਸੀਂ ਦੇਖਦੇ ਹੋ ਜੀ, ਆ ਦੇਖੋ ਕੀੜਾ ਕਿੱਦਾਂ ਤੁਰਿਆ ਫਿਰਦਾ ਵਾ, ਤੇ ਬਾਬਾ ਜੀ ਦੇ ਪੈਰ ਚ ਨਿਕਲਿਆ ਹੋਣਾ। ਤੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਆ ਬਜ਼ੁਰਗ, ਤੇ ਬਜ਼ੁਰਗਾਂ ਦਾ ਪੈਰ ਤੇ ਜਾਣੀ ਕਿ ਬਹੁਤ ਕਹਿ ਸਕਦੇ ਹਾਂ ਸਾਡੇ ਕੋਲ ਕਾਫੀ ਕੰਡੀਸ਼ਨ ਦੇ ਵਿੱਚ ਆਏ ਆ ਬੰਦੇ ਜਿਨ੍ਹਾਂ ਦੇ ਪੈਰਾਂ 'ਤੇ ਸੱਟਾਂ ਲੱਗੀਆਂ ਸਿਰ ਦੇ ਵਿੱਚ ਜਾਂ ਹੋਰ, ਪਰ ਬਾਬਾ ਜੀ ਦਾ ਪੈਰ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਹੈ ਜੀ। ਅਤੇ ਜਿਹੜੀਆਂ ਸੰਗਤਾਂ ਨੂੰ ਅਸੀਂ ਅੱਗੇ ਵੀ ਬੇਨਤੀ ਕਰਦੇ ਹੁੰਦੇ ਹਾਂ, ਉਹੀ ਬੇਨਤੀ ਅਸੀਂ ਕਰਦੇ ਹਾਂ ਜੀ, ਬਾਬਾ ਜੀ ਪਟਿਆਲੇ ਬੱਸ ਸਟੈਂਡ ਦੇ ਬਾਹਰ ਝੁੱਗੀ ਦੇ ਵਿੱਚ ਰਹਿੰਦੇ ਸੀ,
ਉੱਤੇ ਬਿਲਕੁਲ ਰੋਡ ਦੇ ਉੱਤੇ ਪੈ ਜਾਂਦੇ ਸੀ ਵੀਰ ਦੱਸਦਿਆਂ ਨਿਕਲ ਕੇ ਚੀਕਾਂ ਮਾਰਦੇ ਸੀ ਲੋਕਾਂ ਨੂੰ ਕਹਿੰਦੇ ਸੀ ਮੈਨੂੰ ਬਚਾ ਲਓ ਮੈਂ ਮਰ ਜਾਣਾ ਮੈਂ ਮਰ ਜਾਣਾ ਵੀ ਮੇਰੇ ਕੀੜੇ ਪਏ ਹੋਏ ਆ ਪਰ ਕੋਈ ਵੀ ਇਹਨਾਂ ਦਾ ਸਹਾਰਾ ਨਹੀਂ ਬਣਿਆ ਕੋਈ ਵੀ ਵੀਰ ਇਹਨਾਂ ਦਾ ਇਹਨਾਂ ਦੀ ਹੈਲਪ ਲਈ ਅੱਗੇ ਨਹੀਂ ਆਇਆ ਆਹ ਵੀਰ ਜਿਹੜੇ ਤੁਹਾਨੂੰ ਦਿਖਾਇਆ ਤਿੰਨ ਵੀਰ ਵਿੱਕੀ ਆ ਜੀ ਅਤੇ ਇੱਕ ਵੀਰ ਨੇ ਅਤੇ ਦੂਸਰੇ ਵੀਰ ਕਿੱਧਰ ਗਏ ਬਾਈ ਉਹ ਫੋਨ ਤੇ ਇਹ ਵੀਰ ਲੈ ਕੇ ਆਏ ਇਹਨਾਂ ਨੂੰ ਵਿੱਕੀ ਜੀ ਇਹਨਾਂ ਨੂੰ ਨਾਲੇ ਤੁਸੀਂ ਕਹਿੰਦੇ ਕੋਈ ਸੰਸਥਾ ਵਾਲੇ ਵੀ ਆਏ ਸੀਗੇ ਲੈਣ ਇਹਨਾਂ ਨੂੰ ਸੰਭਾਲ ਮੈਂ ਟੀਵੀ ਤੇ ਜਿਹੜੀ ਦੇਖਿਆ ਸੀ ਫਾਸਟਵੇ ਦੇ ਨਿਊਜ਼ ਦੇ ਜ਼ਰੀਏ ਤੇ ਉਹ ਸਰਬੱਤ ਖਾਲਸਾ ਸੰਸਥਾ ਸੀਗੀ ਅੱਛਾ ਜੀ ਤੇ ਮੈਂ ਦੇਖਿਆ ਸੀ ਉਹਨਾਂ ਕਹਿੰਦੇ ਵੀ ਉਹਨੇ ਸਾਡੀ ਜ਼ਿੰਮੇਵਾਰੀ ਨੇ ਉਹਨਾਂ ਨੇ ਪੱਟੀ ਵਗੈਰਾ ਕੀਤੀ ਸੀ ਇਹਨਾਂ ਦੀ ਅੱਛਾ ਜੀ ਉਹ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਹੈ ਪਰ ਉਸ ਤੋਂ ਬਾਅਦ ਮੈਂ 10 ਦਿਨ ਬਾਅਦ ਗਿਆ ਉਸ ਜਗ੍ਹਾ ਤੇ ਟੀਵੀ ਦੇ ਦੇਖਣ ਤੋਂ ਬਾਅਦ ਅੱਛਾ ਜੀ ਤੁਹਾਡੇ ਦਿਮਾਗ 'ਚ ਸੀਗਾ ਕਿਤੇ ਨਾ ਕਿਤੇ ਬਾਬਾ ਜੀ ਨੂੰ ਜਾ ਕੇ ਆਵਾਂ ਮੇਰੇ ਦਿਮਾਗ 'ਚ ਸੀਗਾ ਕਿ ਮੈਂ ਸੰਸਥਾ 'ਚ ਜੁੜਿਆ ਹੋਇਆ ਸੀਗਾ ਮੈਂ ਦਿਮਾਗ 'ਚ ਬਾਬਾ ਹੈਗਾ ਹਜੇ ਵੀ ਉੱਥੇ ਤੇ ਬਾਬਾ ਜੀ ਕੋਲ ਮੈਂ ਗਿਆ ਉਹਨਾਂ ਦੀ ਉਹ ਪੱਟੀ ਜਿਹੜੀ 10 ਦਿਨ ਪਹਿਲਾਂ ਕਰਕੇ ਗਏ ਸੀਗੇ ਉਹੀ ਉਹ ਪੱਟੀ ਲੱਗੀ ਵੀ ਸੀਗੀ ਉਹਨਾਂ ਦੇ ਇੱਕ ਵਾਰ ਪੱਟੀ ਕਰਕੇ ਹਾਂਜੀ ਹਾਂਜੀ 10 ਦਿਨ ਪਹਿਲਾਂ ਜਿਹੜੀ ਉਹਨਾਂ ਨੇ ਪੱਟੀ ਕੀਤੀ ਵੀ ਸੀਗੀ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਵੀ ਗਲਤ ਨੇ ਜੋ ਵੀ ਆਪਣੀ ਪਰ ਉਹਨਾਂ ਨੇ ਸੇਵਾ ਕੀਤੀ ਵੀ ਘੱਟੋ ਘੱਟ ਇਹਨਾਂ ਦਾ ਹੈ ਚਲੋ ਪੱਟੀ ਤਾਂ ਕਰਕੇ ਗਏ ਪੱਟੀ ਕਰਕੇ ਵੀ ਉਹਨਾਂ ਨੂੰ ਦੁਬਾਰਾ ਵੀ ਆਉਣਾ ਸੀਗਾ ਕਿ ਉਹਨਾਂ ਦੀ ਪੱਟੀ ਵੀ 10 ਦਿਨ ਪੁਰਾਣੀ ਸੀਗੀ ਪੱਟੀ ਕਾਫੀ ਬੈਡਲੀ ਸੀਗੀ ਤੇ ਬਾਬਾ ਜੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਜਦੋਂ ਵਿੱਕੀ ਜੀ ਗਏ ਆ ਉੱਥੇ ਇਹਨਾਂ ਨੇ ਜਦੋਂ ਜਾ ਕੇ ਦੇਖਿਆ ਵਿੱਕੀ ਜੀ ਨੇ ਇਹ ਪਟਿਆਲੇ ਸਰੰਦੀ ਗੇਟ ਹੈਗਾ ਜਿਹੜਾ ਬੱਸ ਸਟੈਂਡ ਦੇ ਲਵੇ ਇਹ ਰੋਡ ਦੇ ਉੱਪਰ ਹੀ ਪਏ ਹੁੰਦੇ ਸੀਗੇ ਲੱਖਾਂ ਦੀ ਗਿਣਤੀ ਮੈਂ ਹਜ਼ਾਰਾਂ ਦੀ ਗਿਣਤੀ ਮੈਂ ਰੋਜ਼ ਜਾਂਦੇ ਆ ਬੰਦੇ ਪਰ ਕਿਸੇ ਨੇ ਵੀ ਬਾਬਾ ਜੀ ਦੇ ਤੁਸੀਂ ਦੱਸਦੇ ਸੀ ਬਾਬਾ ਜੀ ਕਹਿੰਦੇ ਰੋਡ ਤੇ ਆ ਜਾਂਦੇ ਸੀ ਪੈ ਜਾਂਦੇ ਹਾਂਜੀ ਪੈ ਜਾਂਦੇ ਸੀ ਮੇਰੀ ਮੈਂ ਮੇਰੀ ਸੇਵਾ ਕਰੋ ਜਾਂ ਮੈਂ ਮਰ ਗਿਆ ਜਾਂ ਜੋ ਵੀ ਮੇਰੀ ਮਦਦ ਕਰੋ ਹਾਂਜੀ ਮੇਰੀ ਮਦਦ ਕਰੋ ਮੈਨੂੰ ਹੈਰਾਨ ਲੋਕਾਂ ਦੇ ਜੋ ਦੇਖ ਕੇ ਵੀ ਬਾਬਾ ਜੀ ਵੀਰ ਨੇ ਇਹਨਾਂ ਨੂੰ ਬਾਬਾ ਜੀ ਨੂੰ ਫਾਸਟ ਵੇ ਚੈਨਲ ਤੇ ਨਿਊਜ਼ ਚੈਨਲ ਤੇ ਦੇਖਿਆ ਸੀਗਾ ਜੀ ਕਿਸੇ ਸੋਸ਼ਲ ਇੱਕ ਟੀਮ ਸੀ ਇਹਨਾਂ ਕੋਲ ਆਈ ਉਹਨਾਂ ਨੇ ਇਹਨਾਂ ਨੂੰ ਬਾਬਾ ਜੀ ਦੇ ਪੱਟੀਆਂ ਪੁੱਟੀਆਂ ਕੀਤੀਆਂ ਸੀਗੀਆਂ ਤੇ ਉਦੋਂ ਇਹ ਟੀਵੀ ਤੇ ਆਏ ਸੀ ਜਿਹੜਾ ਫਾਸਟ ਵੇ ਚੈਨਲ ਚੱਲਦਾ ਵਾ ਪੰਜਾਬ ਦੇ ਵਿੱਚ ਜੀ ਸਾਡਾ ਕੇਬਲ ਚੈਨਲ ਉਹਦੇ ਤੋਂ ਵੀਰ ਨੇ ਇਹਨੇ ਵਿੱਕੀ ਨੇ ਇਹਨਾਂ ਨੂੰ ਵਾਚ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਪਿੱਛੇ ਜਾ ਕੇ ਇਹਨਾਂ ਦੇ ਮਗਰ ਗਏ ਜੀ ਤੇ 10 ਦਿਨ ਬਾਅਦ ਜਾ ਕੇ ਦੇਖਿਆ ਬਾਬਾ ਜੀ ਦੀ ਹਾਲਤ ਬਹੁਤ ਮਾੜੀ ਸੀ ਫਿਰ ਇਹਨਾਂ ਨੇ ਸਾਡੇ ਨਾਲ ਫੋਨ ਤੇ ਗੱਲ ਕੀਤੀ ਜੀ ਫਿਰ ਇਹ ਪਟਿਆਲੇ ਰਜਿੰਦਰਾ ਹਸਪੀਟਲ ਪਹਿਲਾਂ ਇੱਕ ਛੋਟੇ ਹਸਪੀਟਲ 'ਚ ਲੈ ਕੇ ਗਏ ਜੀ ਇਹਨਾਂ ਨੇ ਪੱਟੀ ਮਾਤਾ ਕੁਸ਼ਲਿਆ ਜੀ ਉਹਨਾਂ ਨੇ ਪੱਟੀ ਖੋਲ੍ਹ ਕੇ ਜਦ ਦੇਖੀ ਜ਼ਖਮ ਬਹੁਤ ਜ਼ਿਆਦਾ ਗਹਿਰਾ ਸੀ ਤਾਂ ਉਹਨਾਂ ਨੇ ਵੀ ਜਵਾਬ ਦਿੱਤਾ ਉਹ ਡਰ ਗਏ ਵੀ ਜ਼ਖਮ ਬਹੁਤ ਜ਼ਿਆਦਾ ਵੱਡਾ ਵਾ ਫਿਰ ਉਹਨਾਂ ਰਜਿੰਦਰਾ ਹਸਪੀਟਲ ਰੈਫਰ ਕਰਤਾ ਜੀ ਅਤੇ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਬਾਬਾ ਜੀ ਦਾ ਉਹਨਾਂ ਨੇ ਹਾਲਾਤ ਦੇਖੇ ਤਾਂ ਬਹੁਤ ਜ਼ਿਆਦਾ ਜ਼ਖਮ ਉਹ ਕਹਿੰਦੇ ਬਾਬਾ ਜੀ ਦਾ ਪੈਰ ਕੱਟਣਾ ਪੈਣਾ ਜੀ ਅਤੇ ਪਰ ਅਸੀਂ ਵੀ ਅਤੇ ਵੀਰ ਵੀ ਬਾਬਾ ਜੀ ਦਾ ਪੈਰ ਤਾਂ ਕਟਵਾ ਨਹੀਂ ਸਕਦੇ ਕਿਉਂਕਿ ਪੈਰ ਕਟਵਾਉਣ ਲਈ ਤਾਂ ਇਹਨਾਂ ਦਾ ਪਰਿਵਾਰਕ ਮੈਂਬਰ ਹੀ ਕੋਈ ਸਾਹਮਣੇ ਆ ਸਕਦਾ ਜੀ ਉਹੀ ਕੋਈ ਇਹਨਾਂ 'ਤੇ ਸਾਈਨ ਹੋਣਗੇ ਜੀ ਉਹਨਾਂ ਦੇ ਜਿਹੜਾ ਆਪਰੇਸ਼ਨ ਦਾ ਹੁੰਦਾ ਇੱਕ ਪਰ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਸਾਡੀ ਸੰਸਥਾ 'ਤੇ ਆ ਗਿਆ ਬਜ਼ੁਰਗ ਜੀ ਇਹ ਅਤੇ ਹੁਣ ਅਸੀਂ ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ 'ਤੇ ਹੁਣ ਅਸੀਂ ਇਹਨਾਂ ਦੀ ਪੂਰੀ ਤਨਦੇਹੀ ਦੇ ਨਾਲ ਸੇਵਾ ਕਰਾਂਗੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਬਾਬਾ ਜੀ ਦਾ ਪੈਰ ਬਚ ਜਾਵੇ ਜੀ ਇੱਦਾਂ ਹੀ ਬੱਚਤ ਹੋ ਜਾਵੇ ਬਾਬਾ ਜੀ ਦਾ ਅਤੇ ਪੈਰ 'ਤੇ ਰੋਜ਼ ਪੱਟੀ ਹੋਇਆ ਕਰੂ ਹੋਸਪਿਟਲ ਦੇ ਵਿੱਚ ਅਸੀਂ ਇਹਨਾਂ ਨੂੰ ਲਿਜਾਵਾਂਗੇ ਜੀ ਟੈਸਟ ਵਗੈਰਾ ਜੋ ਇਹਨਾਂ ਦਾ ਬਣਦਾ ਇਲਾਜ ਆ ਉਹ ਅਸੀਂ ਕਰਵਾਵਾਂਗੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਹ ਠੀਕ ਹੋ ਜਾਣ ਛੇਤੀ ਤੋਂ ਛੇਤੀ ਅਸੀਂ ਸੰਗਤਾਂ ਅੱਗੇ ਵੀ ਬੇਨਤੀ ਕਰਦੇ ਹਾਂ ਥੋੜ੍ਹਾ ਜਿਹਾ ਪਾ ਦਿਓ ਪੁੱਤ ਦਿਨੇ ਦਿਨੇ ਦਾ ਬਾਈ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਮੁੱਲੀ ਅਤੇ ਕੋਟਨ ਕੋਟਨ ਨਾ ਪਾਉਣਾ ਜੀ ਸੱਚੇ ਪਾਤਸ਼ਾਹ ਵੀ ਕਿਰਪਾ ਕਰਨ ਅਤੇ ਅਸੀਂ ਸਾਰੇ ਵੀਰਾਂ ਦੇ ਭੈਣਾਂ ਨੂੰ ਵੀ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਕਰੋ ਇਸ ਤੋਂ ਮਾੜੀ ਹਾਲਤ ਕੁਛ ਨਹੀਂ ਹੋ ਸਕਦੀ ਇੱਕ ਡੇਢ ਸਾਲ ਤੋਂ ਬਾਬਾ ਜੀ ਇਸੇ ਹਾਲਾਤ ਦੇ ਵਿੱਚ ਆ ਉਹਨਾਂ ਦੀਆਂ ਉਂਗਲਾਂ ਇਕੱਲੀ ਇਕੱਲੀ ਕਰਕੇ ਕੀੜੇ ਖਾ ਗਿਆ ਅਤੇ ਇਹ ਪੈਰ ਦਾ ਅੰਗੂਠਾ ਵੀ ਲਟਕ ਰਿਹਾ ਇਹਨੂੰ ਵੀ ਖਾ ਗਿਆ ਕੀੜੇ ਜੀ ਅਤੇ ਜੇ ਇਨਸਾਨ ਦੇ ਨਾਲ ਇਹ
ਇਸ ਹਾਲਾਤ ਦੇ ਵਿੱਚ ਇਨਸਾਨ ਪਿਆ ਵਾ ਉਹਨੂੰ ਕੀੜੇ ਖਾ ਰਹੇ ਆ ਜੀ, ਹੌਲੀ ਹੌਲੀ ਕਰਕੇ ਉਂਗਲਾਂ ਹੱਡੀਆਂ ਤੱਕ ਖਾ ਗਿਆ ਕੀੜੇ ਜੀ, ਅਤੇ ਕਿਸੇ ਇਨਸਾਨ ਨੇ ਇਹਨਾਂ ਨੂੰ ਦੇਖਿਆ ਨਹੀਂ। ਇਹ ਰੋਡ ਦੇ ਉੱਤੇ ਲੈਟ ਲੈਟ ਕੇ ਚੀਕਾਂ ਮਾਰ ਮਾਰ ਕੇ ਇਹ ਕਹਿੰਦੇ ਰਹੇ ਵੀ ਮੈਨੂੰ ਬਚਾ ਲਓ ਬਚਾ ਲਓ, ਮੈਂ ਮਰ ਰਿਹਾ, ਮੈਨੂੰ ਬਚਾ ਲਓ, ਮੇਰੀ ਮਦਦ ਕਰੋ। ਕਿਸੇ ਨੇ ਹੈਲਪ ਨਹੀਂ ਕਰੀ ਜੀ ਇਹਨਾਂ ਦੀ। ਅਤੇ ਆਹ ਹੱਡੀਆਂ ਤੁਸੀਂ ਦੇਖ ਸਕਦੇ ਹੋ, ਇਕੱਲੀ ਇਕੱਲੀ ਹੱਡੀ ਉਂਗਲ ਦੀ ਇੱਦਾਂ ਪਈਆਂ ਵਾ। ਅਤੇ ਗੁਰੂ ਮਹਾਰਾਜ ਅੱਗੇ ਵੀ ਬੇਨਤੀ ਹੈ ਸਾਡੀ ਵੀ ਇਹ ਬਜ਼ੁਰਗ ਨੂੰ ਹੁਣ ਜਿਹੜਾ ਹੈਗਾ ਬਣਦਾ ਇਹਨਾਂ ਦਾ ਇਲਾਜ ਅਤੇ ਇਹਨਾਂ ਦੀ ਸਿਹਤ ਜਾਬੀ ਦਿੱਤੀ ਜਾਵੇ ਜੀ, ਇਹ ਠੀਕ ਹੋਣ ਛੇਤੀ ਤੋਂ ਛੇਤੀ, ਇਹ ਵਿਚਾਰੇ ਆਪਣੀ ਜ਼ਿੰਦਗੀ ਦੁਬਾਰਾ ਦਿਨ ਚਰਿਆ ਦੇ ਵਿੱਚ ਆਉਣ। ਆਪਦੀ ਦੇ ਵੀਰ ਦੱਸਦੇ ਆ ਵੀ ਟੋਇਲਟ ਬਾਥਰੂਮ ਬਾਬਾ ਜੀ ਉੱਥੇ ਹੀ ਕਰਦੇ ਸੀ, ਇੱਕੋ ਜਗ੍ਹਾ 'ਤੇ ਇੱਕ ਝੁੱਗੀ ਪਾਈ ਹੋਈ ਸੀਗੀ, ਉਹਦੇ ਉੱਤੇ ਜਿਹੜੀ ਰਜਾਈ ਲਈ ਸੀ ਬਜ਼ੁਰਗ ਦੀ ਉਹਦੇ ਵਿੱਚ ਵੀ ਕੀੜੇ ਭਰੇ ਹੋਏ ਸੀ, ਜਿਹੜਾ ਬੈਂਚ ਸੀ ਉਹਦੇ ਉੱਤੇ ਵੀ ਕੀੜੇ ਕੀੜੇ ਸੀਗੇ ਬਹੁਤ ਜ਼ਿਆਦਾ, ਅਤੇ ਝੁੱਗੀ ਦੇ ਵਿੱਚ ਉੱਥੇ ਹੀ ਲੈਟਰੀਨ ਬਾਥਰੂਮ ਵਿੱਚ ਹੀ ਕਰਦੇ ਸੀ ਬਾਬਾ ਜੀ। ਆਹ ਵੀਰ ਹੁਣ ਇਹਨਾਂ ਨੂੰ ਨਵਾ ਕੇ ਮਾੜਾ ਮੋਟਾ ਕੱਪੜੇ ਪਵਾ ਕੇ ਸਾਫ਼ ਸੁਥਰਾ ਕਰਕੇ ਸਾਡੇ ਕੋਲ ਲੈ ਕੇ ਆਇਆ। ਬਾਬਾ ਜੀ ਦੀ ਹਾਲਤ ਬਹੁਤ ਹੀ ਜ਼ਿਆਦਾ ਮਾੜੀ ਸੀਗੀ, ਜੋ ਕਿ ਪਟਿਆਲੇ ਦਾ ਬੱਸ ਸਟੈਂਡ ਆ ਜਿਹੜਾ ਮੇਨ, ਬਿਲਕੁਲ ਉਹਦੇ ਨਾਲ ਮੂਹਰੇ ਸੜਕ 'ਤੇ ਇਹਨਾਂ ਦੀ ਝੁੱਗੀ ਪਾਈ ਹੋਈ ਆ, ਉੱਥੇ ਰਹਿੰਦੇ ਸੀ ਕਿਲੋਮੀਟਰ 'ਤੇ। ਹਾਂਜੀ, ਅਤੇ ਬਾਬਾ ਜੀ ਨੂੰ ਪਰ ਕਿਸੇ ਨੇ ਨਹੀਂ ਉੱਥੇ ਪੁੱਛਿਆ ਜੀ, ਕਿਸੇ ਨੇ ਆ ਕੇ ਬਾਬਾ ਜੀ ਦੀ ਹੈਲਪ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਪਰ ਗੁਰੂ ਮਹਾਰਾਜ ਨੇ ਆ ਵੀਰਾਂ ਨੂੰ ਭੇਜਿਆ, ਇਹ ਐਂਬੂਲੈਂਸ ਲੈ ਕੇ ਆਇਆ ਵੀਰ, ਇਹਦੀ ਵੀ ਬੜੀ ਵੱਡੀ ਜਾਣੀ ਕਹਿ ਸਕਦੇ ਹਾਂ ਉਪਰਾਲਾ ਵਾ, ਜਿਹੜਾ ਇਹ ਐਡੇ ਕ੍ਰਿਟੀਕਲ ਬੰਦੇ ਨੂੰ ਐਡੀ ਦੂਰ ਲੈ ਕੇ ਆਏ। ਵਿੱਕੀ ਵੀਰ ਆ ਸਾਡਾ, ਅਤੇ ਵੀਰ ਆ ਉਹ ਭੂਸ਼ਣ ਵੀਰ ਬੈਠਾ ਜੀ ਸਾਡਾ, ਜਾਣੀ ਕਿ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਜੀ ਇਸ ਕੰਮ ਦੇ ਵਿੱਚ। ਇਹਨਾਂ ਦੀਆਂ ਤਿੰਨੋਂ ਦੋਸਤ ਆ ਇਕੱਠੇ ਪੜ੍ਹਦੇ ਰਹੇ, ਤਿੰਨੋਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਵੀ ਇਹਨੂੰ ਬਾਬਾ ਜੀ ਠੀਕ ਹੋ ਜਾਣ। ਹੁਣ 9897830071 ਨੰਬਰ ਆ ਜੀ ਸਾਡਾ, ਜੇ ਕੋਈ ਸੰਪਰਕ ਕਰਨਾ ਚਾਹੁੰਦਾ ਬਾਬਾ ਜੀ ਨੂੰ ਕੋਈ ਪਛਾਣਦਾ ਹੋਵੇ, ਅਤੇ ਜਾਂ ਬਾਬਾ ਜੀ ਦਾ ਕੋਈ ਸਹਿਯੋਗ ਕਰਨਾ ਚਾਹੁੰਦਾ ਹੋਵੇ। ਦੀਪਕ ਹੋਸਪਿਟਲ ਦੇ ਵਿੱਚ ਅਸੀਂ ਇਹਨਾਂ ਨੂੰ ਹੁਣ ਐਡਮਿਟ ਕਰਵਾਉਣਾ ਜੀ, ਇਹਨਾਂ ਦੇ ਇਲਾਜ ਦੇ ਵਿੱਚ ਜੇ ਕੋਈ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਮਿਲ ਸਕਦਾ ਜੀ। ਅਤੇ ਇੰਨੀਆਂ ਗੱਲਾਂ ਕਰਨੀਆਂ ਜੀ ਤੁਹਾਡੇ ਨਾਲ, ਬਾਬਾ ਜੀ ਬਾਰੇ ਜਾਣਕਾਰੀ ਦੇਣੀ ਸੀ ਸੰਗਤ ਨੂੰ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।